ਸ੍ਰੀਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਸਤਪਾਲ ਸਿੰਘ, ਸਰਪੰਚ ਬਹਾਦਰਪੁਰ ਜੀ। ਅੱਛਾ ਗੱਲ ਸੁਣੋ, ਅੱਜ ਦਾ ਸਾਡਾ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਇਹ ਸਵਾਲ ਹੈਗਾ ਕਿ ਜਿਹੜੇ ਲੀਡਰ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਆ, ਉਹਨਾਂ ਬਾਰੇ ਕੀ ਕਹਿਣਾ? ਕਹਿ ਸਾਹਿਬ, ਜਿਹੜੇ ਲੀਡਰ ਨਾਲ ਸਾਰੀ ਜ਼ਿੰਦਗੀ ਇੱਕ ਪਾਰਟੀ 'ਚ ਲੱਗੇ ਰਹਿੰਦੇ ਆ, ਉਹ ਕੀ ਕਰਦੇ ਆ ਕਿ ਸਿਰਫ ਆਪਣੀ ਕੁਰਸੀ ਦੀ ਭੁੱਖ ਦੀ ਖਾਤਰ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਆ ਆਪਣੇ ਸਵਾਰਥ ਲਈ, ਤਾਂ ਕਿ ਉਹ ਲੋਕਾਂ ਦੇ ਵਰਕਰਾਂ ਵਾਸਤੇ ਨਹੀਂ ਉਹ ਸੋਚਦੇ, ਉਹ ਆਪਣਾ ਸਵਾਰਥ ਦੇਖ ਰਹੇ ਆ। ਨਹੀਂ, ਹੁਣ ਜਿਹੜੀ ਸਾਰੀ ਉਮਰ ਇੱਕ ਪਾਰਟੀ ਚਲਾਈ, ਦੂਜੀ ਪਾਰਟੀ ਦੇ ਵਿੱਚ ਚਲੇ ਗਏ ਆ, ਕਿ ਲੋਕ ਉਹਨੂੰ ਐਕਸੈਪਟ ਕਰਨਗੇ? ਨਹੀਂ ਜੀ, ਉਹਨਾਂ ਨੂੰ ਐਕਸਪੈਕਟ ਨਹੀਂ ਕਰਨਗੇ, ਲੋਕ ਸਮਾਂ ਉਹਨਾਂ ਨੂੰ ਵਿਰੋਧ ਕਰਨਗੇ ਉਹਨਾਂ ਦਾ। ਹਾਂਜੀ, ਤੁਹਾਡਾ ਨਾਂ ਕੀ ਆ ਜੀ? ਗਰੀਬਦਾਸ। ਅੱਛਾ ਜੀ, ਜਿਹੜੇ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਸਾਰੀ ਉਮਰ ਇੱਕ ਪਾਰਟੀ 'ਚ ਰਹਿੰਦੇ ਆ, ਉਹ ਦੂਜੀਆਂ ਪਾਰਟੀਆਂ ਚਲੇ ਜਾਂਦੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਉਹਦੇ ਬਾਅਦ ਸਾਡਾ ਇਹ ਕਹਿਣਾ ਵੀ ਪਾਰਟੀ ਨਹੀਂ ਛੱਡਣੀ ਚਾਹੀਦੀ। ਅੱਛਾ, ਚੰਗੀ ਹੋਵੇ ਚਾਹੇ ਮਾੜੀ ਹੋਵੇ। ਠੀਕ, ਦਿਨ ਚੰਗੇ ਵੀ ਆਉਂਦੇ ਰਹਿੰਦੇ, ਮਾੜੇ ਵੀ ਆਉਂਦੇ ਰਹਿੰਦੇ ਆ। ਠੀਕ ਹੈ ਜੀ। ਭਾਅ ਜੀ, ਤੁਹਾਡਾ ਨਾਂ ਕੀ ਆ? ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ। ਅੱਛਾ ਮਨਪ੍ਰੀਤ, ਆਪਣੇ ਪਿੰਡ ਕਿਹੜਾ ਆ? ਪਿੰਡ ਮਾਲਕਪੁਰ ਜੀ। ਅੱਛਾ, ਜਿਹੜੇ ਲੀਡਰ ਨਾ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਚਲੇ ਜਾਂਦੇ, ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਕਹਿਣਾ ਤਾਂ ਜੀ ਕੀ ਆ, ਉਹਨਾਂ ਨੂੰ ਆਪਣੀ ਪਾਰਟੀ 'ਚ ਰਹਿਣਾ ਚਾਹੀਦਾ, ਦੂਜੀ ਪਾਰਟੀ ਜਾਂਦੇ ਕਦਰ ਘੱਟ ਜਾਂਦੀ ਆ। ਠੀਕ ਹੈ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਓ, 9876349499 'ਤੇ ਫੋਨ ਕਰੋ, 9876349499 'ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9876349499। ਚਲੋ ਖੈਰ, ਮੈਂ ਗੜ੍ਹ ਪਧਾਣੇ ਇੱਧਰ ਜਾਂਦੇ ਜਾਂਦੇ ਇੱਥੇ ਪਹੁੰਚਿਆ ਭੱਠੇ ਦੇ ਕੋਲ, ਚਲੋ ਇਹਨਾਂ ਨਾਲ ਵੀ ਗੱਲ ਕਰੇ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਖਰਾਤੀ ਲਾਲ ਜੀ। ਖਰਾਤੀ ਲਾਲ ਜੀ, ਕਿਸ ਜਗ੍ਹਾ ਕੰਮ ਕਰ ਰਹੇ ਹੋ? ਇੱਥੇ ਗੜ੍ਹ ਪਧਾਣੇ ਜੀ। ਅੱਛਾ, ਇੱਕ ਸਾਡਾ ਸਵਾਲ ਹੈ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ ਤੋਂ ਅੱਜ ਦਾ, ਕਿ ਜਿਹੜੇ ਲੀਡਰ ਆਪਣੀਆਂ ਪੁਰਾਣੀਆਂ ਪਾਰਟੀਆਂ ਦੇ ਵਿੱਚ ਪਹਿਲਾਂ ਰਹਿੰਦੇ ਸਾਰੀ ਉਮਰ, ਉਹ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਚਲੇ ਜਾਂਦੇ ਆ, ਤੁਸੀਂ ਇਹਦੇ ਲਈ ਕੀ ਸਮਝਦੇ ਹੋ? ਇਹ ਗਲਤ ਹੈ ਜੀ, ਇਹ ਠੀਕ ਨਹੀਂ ਹੋ ਰਿਹਾ। ਇਹ ਜਾਂਦੇ ਕਿਉਂ ਹੋਣਗੇ? ਜਾਂਦੇ ਬਸ ਐਵੇਂ ਇਹਨਾਂ ਨੇ ਘੁਟੋਲੇ ਕੀਤੇ ਹੋਏ, ਉਹ ਆਪਣੀ ਸੇਫਟੀ ਲਈ ਬੀਜੇਪੀ ਜਾ ਰਿਹਾ, ਬਸ ਘੁਟੋਲਾ ਤਾਂ ਘੁਟੋਲਾ ਹੀ ਆ, ਘੁਟੋਲਾ ਤਾਂ ਘਟਾਲਾ ਹੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਆ? ਹਰਮਿੰਦਰ ਲਾਲ ਜੀ। ਕਿਹੜੀ ਜਗ੍ਹਾ ਤੋਂ? ਮੈਂ ਲੁਧਿਆਣੇ ਤੋਂ। ਅੱਛਾ, ਲੁਧਿਆਣੇ ਤੋਂ ਇੱਥੇ ਆਏ ਹੈਗੇ ਆ। ਅੱਛਾ, ਮੈਨੂੰ ਇਹ ਦੱਸੋ ਕਿ ਜਿਹੜੇ ਨਾ ਆਪਣੀ ਪਾਰਟੀ ਮਾਂ ਪਾਰਟੀ ਸਾਰੀ ਉਮਰ ਇੱਕ ਪਾਰਟੀ ਵਿੱਚ ਲਾ ਦਿੰਦੇ ਆ, ਫਿਰ ਉਹ ਇੱਕਦਮ ਇੱਕ ਦਿਨ ਪਹਿਲਾਂ ਜਿਸ ਪਾਰਟੀ ਨੂੰ ਉਹ ਊਚ ਨੀਚ ਬੋਲਦੇ ਹੁੰਦੇ ਆ, ਦੂਜੇ ਦਿਨੇ ਉਹਦੇ ਨਾਲ ਸਹਿਮਤ ਹੋ ਜਾਂਦੇ ਅਤੇ ਆਪਣੀ ਪਾਰਟੀ ਬਦਲ ਲੈਂਦੇ ਆ, ਕੀ ਤੁਹਾਡਾ ਵਿਚਾਰ ਆ ਉਹਨਾਂ ਬਾਰੇ? ਗਲਤ ਗੱਲ ਆ ਜੀ ਇਹਨਾਂ ਵਾਸਤੇ, ਹੁਣ ਇੱਕ ਦੂਜੇ ਦੇ ਬਾਰੇ ਪਹਿਲਾਂ ਖਿਲਾਫ਼ ਬੋਲਦੇ ਆ, ਆਪਣੇ ਘਟਾਲਿਆਂ ਨੂੰ ਡਰਦੇ, ਦੂਜੀ ਪਾਰਟੀ ਬੜੇ ਬੀਜੇਪੀ ਨੇ ਕਿਹੜਾ ਸਾਨੂੰ ਕਹਿ ਦੇਣਾ ਆ? ਨਹੀਂ, ਤੁਹਾਡਾ ਮਤਲਬ ਇਹ ਪਾਰਟੀਆਂ ਆਪਣੇ ਕਿਸੇ ਨਾ ਕਿਸੇ ਘਟਾਲੇ ਜਾਂ ਡਰਦੇ ਕਾਰਨ ਇੱਦਾਂ ਡਰਦੇ ਕਾਰਨ, ਅਤੇ ਫਿਰ ਜਨਤਾ ਨਾਲ ਕੀ ਤੁਸੀਂ ਸਮਝਦੇ ਹੋ? ਇਹ ਧੋਖਾ ਆ, ਧੋਖਾ ਹੈ, ਧੋਖਾ। ਠੀਕ ਹੈ। ਹੋਰ ਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ, ਸਬਜ਼ੀ ਖੀਰੇ ਖੂਰੇ ਖਰੀਦ ਰਹੇ ਆ, ਗਰਮੀਆਂ ਦੇ ਦਿਨ ਆ ਗਏ ਹੈ ਨਾ ਜੀ? ਸਸਤੇ ਆ ਖੀਰੇ, 10 ਰੁਪਏ ਕਿਲੋ ਜੀ। ਅੱਛਾ, 10 ਰੁਪਏ ਕਿਲੋ, ਇਹ ਤਾਂ ਸਾਰਿਆਂ ਨੂੰ ਖਾਣੇ ਜੀ। ਉਹ ਭਾਅ ਜੀ, ਇਹਦੇ ਵਿੱਚ ਕਿਤੇ ਇਹ ਤਾਂ ਨਹੀਂ ਕਿ ਖੀਰੇ ਛੋਟੇ ਹੁੰਦੇ ਆ ਤਾਂ ਬਰਾਤੇ ਨੂੰ ਭੱਡੇ ਭੱਡੇ ਹੋ ਜਾਂਦੇ, ਉਹ ਕੋਈ ਦਵਾਈ ਤਾਂ ਨਹੀਂ ਛਿੜਕਦੇ? ਨਹੀਂ ਨਹੀਂ ਭਾਅ ਜੀ, ਕੋਈ ਦਵਾਈ ਨਹੀਂ। ਅੱਛਾ, ਪਿਓਰ ਖੀਰਾ ਆ? ਪਿਓਰ। ਚਲੋ ਖੈਰ, ਅੱਜ ਦਾ ਜਿਹੜਾ ਸਵਾਲ ਹੈਗਾ, ਹਾਂਜੀ, ਕਿ ਜਿਹੜੇ ਲੀਡਰ ਆਪਣੀ ਪਾਰਟੀ ਨੂੰ ਛੱਡ ਦਿੰਦੇ ਆ, ਸਾਰੀ ਉਮਰ ਰਹਿੰਦੇ ਆ, ਇੱਕ ਦਿਨ ਪਹਿਲਾਂ ਵੀ ਉਹ ਦੂਜੀਆਂ ਪਾਰਟੀਆਂ ਨੂੰ ਬੋਲਦੇ ਆ, ਠੀਕ ਹੈ ਜੀ, ਅਤੇ ਉਹ ਆਪ ਰਾਤੋਂ ਰਾਤ ਦੂਸਰੀ ਪਾਰਟੀ ਵਿੱਚ ਜਾ ਵੜਦੇ ਆ, ਉਹਨਾਂ ਬਾਰੇ ਕੀ ਕਹਿਣਾ? ਦੇਖੋ, ਜਿੱਥੇ ਆਪਾਂ ਬੱਝੇ ਹੋਵਾਂ ਪਾਰਟੀ ਦੇ ਨਾਲ, ਅੱਛਾ, ਕੋਈ ਵੀ ਪਾਰਟੀ ਹੋਵੇ ਜੀ, ਅਤੇ ਉੱਥੇ ਹੀ ਰਹਿਣਾ ਚਾਹੀਦਾ, ਅਤੇ ਉੱਥੇ ਜਿਹੜਾ ਪਿਆਰ ਆ ਆਪਣਾ ਬਣਿਆ ਹੁੰਦਾ ਜੀ, ਦੂਸਰੇ ਪਾਸੇ ਜਾ ਕੇ
ਉਹ ਪਿਆਰ ਨਹੀਂ ਮਿਲਦਾ, ਮਤਲਬ ਬੁਕਤ ਨਹੀਂ ਰਹਿੰਦੀ, ਬਹੁਤ ਬੁਕਤ ਨਹੀਂ ਰਹਿੰਦੀ। ਤੁਹਾਡਾ ਨਾਂ ਕੀ ਹੈਗਾ? ਮੇਰਾ ਨਾਂ ਜਸਪਾਲ ਆ ਜੀ। ਅੱਛਾ, ਗੜਪਦਾਣਾ। ਗੜਪਦਾਣਾ।